चैनल को सब्सक्राइब करें और लाइक में शेयर करें। ਹਾਂਜੀ ਵੈਲਕਮ ਬੈਕ ਟੂ ਦਾ ਚੈਨਲ ਗਾਇਸ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਵਾਇਰਲ ਵਲੌਗਸ ਤੇ। ਅਭੀ ਮਜ਼ਾ ਆਏਗਾ ਨਾ ਭਿੜੋ। ਲਓ ਵੀ ਸੱਜਣੋ, ਟਾਈਮ ਹੋ ਗਿਆ 5:30 ਤੇ ਅਭੀ ਕਰ ਰਿਹਾ ਵੇਟ, ਆਪਾਂ ਜਾ ਰਹੇ ਹਾਂ ਮਾਰਨਿੰਗ ਵਾਕ ਲਈ ਤੇ ਆ ਜਾਓ ਫਿਰ ਮਿਲਦੇ ਹਾਂ। ਲਓ ਵੀ ਗਾਇਸ, ਅਭੀ ਆਪਾਂ ਨੂੰ ਮਿਲ ਚੁੱਕਿਆ, ਹੁਣ ਆਪਾਂ ਜਾ ਰਹੇ ਹਾਂ ਸਿੱਧਾ ਦਾਣਾ ਮੰਡੀ ਵਾਲੀ ਸਾਈਡ। ਹੋਰ ਬ੍ਰੋ ਕੀ ਹਾਲ ਨੇ? ਉੱਠ ਪਿਆ? ਗੁੱਡ ਮਾਰਨਿੰਗ ਦੋਸਤੋ। ਹਾਂਜੀ ਜੀ, ਕੀ ਹਾਲ ਚਾਲ ਆ ਦੋਸਤੋ? ਐਨਰਜੈਟਿਕ ਹੋ ਬ੍ਰੋ? ਲਓ ਵੀ ਗਾਈਜ਼, ਹੁਣ ਆਪਾਂ ਚੱਲਦੇ ਆ ਸਿੱਧਾ ਮੰਡੀਆਂ ਚ। ਕੱਲ ਯਾਰ ਆਪਾਂ ਕਾਫੀ ਲੇਟ ਹੋ ਗਏ ਸੀ, ਹਨਾ? ਕੱਲ ਯਾਰ ਬਹੁਤ ਲੇਟ ਹੋ ਗਏ ਸੀ ਤੇ ਵਰਕਆਊਟ ਵੀ ਏਦਾਂ ਪਚੱਦਾ ਹੀ ਕੀਤਾ। ਹੁਣ ਜਾ ਕੇ ਉੱਥੇ ਕਰਦੇ ਆ ਵਰਕਆਊਟ। ਗੈਪ ਕੱਟ ਦਿਆ ਕਰ। ਪੰਜ ਵਾਰੀ ਯਾਰਾਂ ਨੇ ਹਲੇਲੀ ਲੈ ਲਈ, ਪੰਜ ਵਾਰੀ ਯਾਰਾਂ ਨੇ ਹਲੇਲੀ ਪਾਰਟੀ ਜੀ, ਪਰ ਉਹਦੇ ਵਾਲੀ ਹਾਂ ਹਜੇ ਨਾ ਤੇ ਅੜੀਆ। ਪੰਜ ਵਾਰੀ ਯਾਰਾਂ ਨੇ ਹਲੇਲੀ ਪਾਰਟੀ ਜੀ, ਪਰ ਉਹਦੇ ਵਾਲੀ ਹਾਂ ਹਜੇ ਨਾ ਤੇ ਅੜੀਆ। ਗੈਪ ਕੱਟ ਦਿਆ ਕਰ। ਚਲੋ ਠੀਕ ਹੈ ਗਾਇਜ਼, ਮਿਲਦੇ ਫਿਰ ਉੱਥੇ ਜਾ ਕੇ। ਮੀਂਹ ਬਾਬੇ ਇਸੇ ਕਰਕੇ ਪਿਆ। ਤੈਨੂੰ ਕੀ ਪਤਾ? ਇਹ ਚੀਜ਼ ਨੋਟਿਸ ਕਰੀ? ਇਹ ਚੀਜ਼ ਨੋਟਿਸ ਕਰੀ ਇਹਦੇ ਨਾਲ ਕਹਿੰਦੇ, ਜਦੋਂ ਸਰਦੀ ਆਉਣੀ ਨਾ, ਬਾਰਿਸ਼ਾਂ ਪੈਣਗੀਆਂ ਘੱਟੋ ਘੱਟ ਲਗਾਤਾਰ 10-15 ਦਿਨ। ਚਲੋ ਬਾਕੀ ਕਰੀਏ ਐਕਸਰਸਾਈਜ਼। ਉਹ ਵਾਕਈ ਕੈਮਰੇ ਚ ਨਹੀਂ ਦਿਖ ਰਹੀ, ਪਰ ਆ ਧੁੰਦ ਦੇ ਸਾਰੀ, ਹੈਨਾ? ਝੂਠ ਪੇ ਝੂਠ, ਝੂਠ ਪੇ ਝੂਠ ਬੋਲਦੀ ਜਾ ਰਹੀ ਹੈ। ਸ਼ਰਮ ਨਹੀਂ ਆਤੀ? ਜਿਸ ਦਿਨ ਸੇ ਮਿਲੀ ਉਸ ਦਿਨ ਤੇ ਝੂਠ ਪੇ ਝੂਠ ਬੋਲਦੀ ਜਾ ਰਹੀ ਹੈ। ਥੋੜੀ ਥੋੜੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ, ਪਰ ਬਾਕੀ ਗਰਮੀ ਉਦਾਂ ਹੀ ਹਾਲੇ। ਅਰੇ ਕਹਿਣਾ ਕੀ ਚਾਹਤੇ ਹੋ? ਵੇ ਕਿਤੇ ਲੱਭਣਾ ਯਾਰ, ਸਵੇਰੇ ਸਵੇਰੇ ਇਹੋ ਜਿਹਾ ਮੌਸਮ ਹੈ ਨਾ। ਨਹੀਂ ਲਾਈਟ ਬੰਦ ਕਰਾਂ ਫਿਰ ਗੁੱਡ ਮਾਰਨਿੰਗ ਕਰ ਦਿਓ। ਗੁੱਡ ਮਾਰਨਿੰਗ ਨੰਨੂ। ਅਭੀ ਨਹੀਂ, ਅਭੀ ਸੋਨਾ ਹੈ।
ਸੋਨਾ ਵੀ ਨਹੀਂ ਹੈ। ਓਕੇ ਠੀਕ ਹੈ। ਲਓ ਵੀ ਗਾਇਸ ਨਹਾ ਧੋ ਕੇ ਹੁਣ ਆਪਾਂ ਹੋ ਗਏ ਹਾਂ ਰੈਡੀ, ਅਤੇ ਇਸ ਤੋਂ ਬਾਅਦ 'ਚੋਂ ਯਾਰ ਆਪਾਂ ਹੁਣ ਪਹੁੰਚ ਚੁੱਕੇ ਆਪਣੇ ਕਿਚਨ 'ਚ, ਅਤੇ ਕਰਦੇ ਹਾਂ ਕੁਛ ਖਾਣ ਪੀਣ ਵਾਸਤੇ ਤਿਆਰ, ਕੋਈ ਡਾਇਟ। ਸਭ ਤੋਂ ਪਹਿਲਾਂ ਤਾਂ ਯਾਰ ਆਪਣਾ ਜੀਰੇ ਵਾਲਾ ਪਾਣੀ ਭਿੱਜਿਆ ਪਿਆ, ਇਹ ਪੀਣਾ ਆਪਾਂ ਸਵੇਰੇ ਅੱਧਾ ਮੈਂ ਪੀ ਲਿਆ ਸੀ, ਅੱਧਾ ਕੁ ਇਹ ਜਿਹੜਾ ਬਚਿਆ ਇਹ ਆਪਾਂ ਪੀਂਦੇ ਹਾਂ, ਅਤੇ ਇਸ ਤੋਂ ਬਾਅਦ 'ਚ ਕੁਛ ਖਾਣ ਵਾਸਤੇ ਰੈਡੀ ਕਰਦੇ ਖਾ ਪੀ ਕੇ, ਅਤੇ ਉਸ ਤੋਂ ਬਾਅਦ 'ਚੋਂ ਆਪਾਂ ਕਰਾਂਗੇ ਥੋੜ੍ਹੀ ਜਿਹੀ ਰੈਸਟ, ਕਿਉਂਕਿ ਯਾਰ ਸਵੇਰੇ 4:30 to 5 ਮੈਂ ਉੱਠਿਆ ਹੋਇਆ। ਅਤੇ ਇੱਕ ਵਧੀਆ ਤਰੀਕਾ ਤੁਹਾਨੂੰ ਵੀ ਮੈਂ ਦੱਸਾਂ, ਜੇ ਤੁਸੀਂ ਲੀਨ ਗੇਨ ਕਰਨਾ, ਯਾਨੀ ਕਿ ਪਤਲੇ ਹੋਣ ਵਾਸਤੇ ਤੁਸੀਂ ਟ੍ਰੇਨਿੰਗ ਕਰ ਰਹੇ ਹੋ, ਜਿੰਮ ਕਰ ਰਹੇ ਹੋ, ਅਤੇ ਉਹਦੇ ਵਾਸਤੇ ਇੱਕ ਸਭ ਤੋਂ ਵੱਡਾ ਜਿਹੜਾ ਫਾਇਦੇਮੰਦ ਚੀਜ਼ ਹੈ ਕਿ ਸਵੇਰੇ ਉੱਠੋ, ਸੈਰ ਕਰੋ, ਨਹਾ ਧੋ ਕੇ ਖਾ ਪੀ ਕੇ ਆਪਦੇ ਕੰਮ ਨਿਬੇੜ ਕੇ, ਅਤੇ ਉਸ ਤੋਂ ਬਾਅਦ ਜੋ ਰੈਸਟ ਕਰੋ। ਅਤੇ ਹੁਣ ਆਪਾਂ ਕਰਦੇ ਹਾਂ ਕੁਛ ਰੈਡੀ, ਅੱਜ ਨਾਲੇ ਯਾਰ ਵਾਲ ਵੂਲ ਕਟਾਉਣੇ ਆ, ਵਾਲ ਦਾੜੀ ਕਾਫੀ ਵੱਡਾ ਹੋਇਆ ਪਿਆ, ਅੱਜ ਕੁਛ ਨਵਾਂ ਜਿਹਾ ਕਰਦੇ ਹਾਂ, ਅਤੇ ਹੋ ਸਕਦਾ ਮੁੱਛਾਂ ਵੀ ਕਟਵਾ ਦਈਏ, ਇਹਦੇ ਪਿੱਛੇ ਵੀ ਇੱਕ ਰੀਜ਼ਨ ਆ, ਉਹ ਮੈਂ ਤੁਹਾਨੂੰ ਅੱਗੇ ਦੱਸੂੰਗਾ। ਹੁਣ ਆਪਾਂ ਕੁਛ ਖਾਂਦੇ ਪੀਂਦੇ ਅਤੇ ਕੰਮ ਕਾਰ ਆਪਣੇ ਸਾਰੇ ਨਿਬੇੜ ਕੇ, ਹੁਣ ਸਿੱਧਾ ਸਲੂਨ 'ਤੇ ਮਿਲਾਂਗੇ। ਓਕੇ ਲਓ ਵੀ ਗਾਇਸ, ਸਵੇਰ ਦੇ ਵੱਜ ਚੁੱਕੇ ਨੇ 10:30, ਅਤੇ ਹੁਣ ਆਪਾਂ ਖਾਣ ਲੱਗੇ ਹਾਂ ਖਾਣਾ। ਖਾਣਾ ਖਾਣ ਤੋਂ ਬਾਅਦ ਆਪਾਂ ਇੱਕ ਅੱਧਾ ਕੰਮ ਕੋਈ ਨਿਬੇੜ ਕੇ, ਉਸ ਤੋਂ ਬਾਅਦ 'ਚੋਂ ਮਿਲਾਂਗੇ ਸ਼ਾਮੀ, ਅਤੇ ਸ਼ਾਮੀ ਆਪਾਂ ਚੱਲਾਂਗੇ ਹੇਅਰ ਕੱਟ ਕਰਾਉਣ। ਚਲੋ ਫਿਰ ਖਾ ਕੇ ਦੇਖੀਏ ਕਿੱਦਾਂ ਦਾ ਬਣਿਆ। ਬਹੁਤ ਟੇਸਟੀ ਯਾਰ, ਬਹੁਤ ਟੇਸਟੀ ਬਣਿਆ ਇਹ। ਐਕਚੁਲੀ ਗੱਲ 2 ਪਰੌਂਠਿਆਂ ਦਾ 1 ਪਰੌਂਠਾ ਬਣਿਆ ਹੋਇਆ। ਰਾਤ ਵਾਲੀ ਆਪਾਂ ਬਣਾਈ ਸੀ ਆਲੂ ਗੋਭੀ, ਅਤੇ ਆਲੂ ਗੋਭੀ ਨੂੰ ਇਹਦੇ ਦੇ ਵਿੱਚ ਫਿੱਲ ਕਰਕੇ ਬਣਾਇਆ ਪਰੌਂਠਾ, ਬਹੁਤ ਘੈਂਟ ਬਣਿਆ। ਚਲੋ ਖਾ ਕੇ ਮਿਲਦੇ ਹਾਂ ਫਿਰ। ਓਏ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ, ਨੰਨੂ ਇਹਨੂੰ ਆਪੇ ਚੱਲਣ ਦਿਓ। ਲਓ ਵੀ ਨੰਨੂ ਕਰਨਾ ਹੈ ਸ਼ੋਪਿੰਗ। ਨੰਨੂ ਇਹ ਕੀ ਹੈ? ਸਪਾਈਡਰਮੈਨ। ਅੱਛਾ ਸਪਾਈਡਰਮੈਨ ਹੈ, ਠੀਕ ਹੈ ਠੀਕ। ਚਲ ਬਾਕੀ ਹੁਣ ਇਹਨੂੰ ਘਰੇ ਜਾ ਕੇ ਚਲਾਉਂਦੇ, ਠੀਕ ਹੈ। ਅੱਛਾ ਔਰ ਕਿਆ ਕਰਨਾ ਹੈ? ਔਰ ਵੀਡੀਓ ਕੋ ਕਨੈਕਟ ਕਰੇ। ਓ ਵਾਓ, ਔਰ ਕਿਆ ਕਰਨਾ ਹੈ? ਔਰ ਵੀਡੀਓ ਕੋ ਕਨੈਕਟ ਕਰੇ, ਲਾਈਕ ਕਮੈਂਟ ਕਰੇ, ਲਾਈਕ ਕਮੈਂਟ ਕਰੇ ਔਰ ਲਾਈਕ ਕਰੇ ਔਰ ਸ਼ੇਅਰ ਕਰੇ, ਸ਼ੇਅਰ ਕਰੇ। ਵਾਓ, ਥੈਂਕ ਯੂ ਥੈਂਕ ਯੂ ਥੈਂਕ ਯੂ ਵੀ ਬੋਲਤੇ ਹੈ। ਥੈਂਕ ਯੂ ਗਾਇਸ, ਅੱਜ ਕੱਲ ਮਿਲਤੇ ਹੈ, ਬਾਏ। ਹੈਲੋ ਗਾਇਸ, ਅਮੇ ਸਪਾਈਡਰਮੈਨ ਵਾਲਾ ਟੋਏ ਵਾਲਾ ਬੋਈ ਚੱਲਦਾ ਹੈ, ਇਹ ਦੇਖੋ। ਇਹ ਤਾਂ ਗੋਲੀ ਚਲਾ ਰਿਹਾ ਹੈ ਨੰਨੂ। ਓ ਇਹ ਤਾਂ ਮੇਰੀ ਤਰਫ ਹੀ ਆ ਰਿਹਾ ਹੈ। ਇਹ ਤਾਂ ਮੇਰੀ ਤਰਫ ਆਣਾ ਹੀ ਹੈ, ਇਹ ਬਸ ਖਲੋਣਾ ਖਲੋਣਾ ਤਾਜੀ ਤਰਫ ਖਾਦਾ ਹੈ ਕਿ ਤੁਸੀਂ ਖੇਲ ਸਕੋ। ਖਲੋਣੇ, ਇਸ ਖਲੋਣੇ ਕੋ ਸਾਈਡ ਮੇ ਕਰੋ। ਨਹੀਂ, ਇਹ ਆਪਕੇ ਲਈ ਖਲੋਣਾ ਹੈ। ਓਕੇ ਠੀਕ ਹੈ ਠੀਕ ਹੈ। ਲਓ ਵੀ ਸੱਜਣੋ, ਅੱਜ ਆ ਡੇ 2, ਅਤੇ ਕੱਲ੍ਹ ਦਾ ਆਪਣਾ ਜਿਹੜਾ ਸਕੈਜੂਲ ਯਾਰ ਉਹ ਤਾਂ ਜ਼ਿਆਦਾ ਹੀ ਬਿਜ਼ੀ ਸੀਗਾ, ਇਸ ਕਰਕੇ ਵਿੱਚੋਂ ਆਪਾਂ ਵਲੌਗ ਦੀ ਕਟਿੰਗ ਕਰ ਦਿੱਤੀ, ਅਤੇ ਅੱਜ ਆਪਾਂ ਕਟਾਵਾਂਗੇ ਵਾਲ। ਵਾਲਾਂ ਵਾਸਤੇ ਯਾਰ ਮੈਂ ਮੁੰਡੇ ਨੂੰ ਫੋਨ ਕੀਤਾ ਸੀਗਾ, ਸੱਜਣ ਨੂੰ ਜਿਹਦੇ ਕੋਲ ਆਪਾਂ ਵਾਲ ਕਟਾਉਣੇ ਨੇ, ਅਤੇ ਮੈਂ ਉਸ ਤੋਂ ਬਾਅਦ 'ਚ ਅਭੀ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਵਾਲ ਕਟਾਉਣ ਜਾਣੇ ਨੇ, ਅਤੇ ਉਹ ਪਹਿਲਾਂ ਹੀ ਉੱਥੇ ਜਾ ਕੇ ਬੈਠਾ ਹੋਇਆ, ਅਤੇ ਹੁਣ ਆਪਾਂ ਵੀ ਚੱਲਦੇ ਹਾਂ ਜਾ ਕੇ ਕਟਾਉਂਦੇ ਹਾਂ। ਸੱਜਣੋ ਆਪਾਂ ਪਹੁੰਚ ਗਏ ਸਲੂਨ 'ਚ। ਹੋਰ ਬ੍ਰੋ ਕੀ ਹਾਲ ਚਾਲ ਨੇ? ਵਧੀਆ ਜੀ। ਇਹ ਤੈਨੂੰ ਕੀ ਕਹਿੰਦਾ ਸੀਗਾ? ਇਹ ਕਹਿੰਦਾ ਪਹਿਲਾਂ ਮੇਰੀ ਕਰਦੇ ਕਟਿੰਗ। ਗੱਦਾਰੀ ਕਰਦੇ? ਬੜੇ ਹਰਾਮੀ ਹੋ ਬੇਟਾ, ਇਹ ਕਿੱਥੇ ਮਿਲ ਗਿਆ ਤੈਨੂੰ? ਇਹ ਮਿਲਿਆ ਆਪਾਂ ਨੂੰ
ਵਧੀਆ ਜਾਣ ਵਧੀਆ ਹੋਰ ਲਵ ਕਿਵੇਂ ਆ ਕੈਮ ਏ ਭੈਣ ਚ ਬੜਾ ਹਰਾਮੀ ਤੂੰ ਹੈ ਚੱਲ ਕੋਈ ਨੀ ਯਾਰ ਕੱਲ ਇਹਦਾ ਬਰਥਡੇ ਆ ਤਾਂ ਕਰਕੇ ਚੱਲ ਇਹਦੀ ਪਹਿਲਾਂ ਕਰ ਦੇ ਬਖਸ਼ਦੀ ਅੱਜ ਬਖਸ਼ਦੀ ਹੋਰ ਸੁਣਾ ਨਕੀਲੇ ਕਹਿ ਮੈਂ ਲਓ ਵੀ ਸੱਜਣੋ ਫਿਰ ਅਭੀ ਦੀ ਕਰਾ ਦਈਏ ਕਟਿੰਗ ਡਨ ਮੇਰੇ ਚਰਨ ਤੇਰੀ ਕਟਿੰਗ ਵੇਖ ਕੇ ਨਾ ਮੈਨੂੰ ਤੈਨੂੰ ਨਾਮ ਦੇਣਾ ਪੈਣਾ ਹੈ ਲੈ ਫਾੜਾ ਲਾ ਫੜ ਨਾਮ ਲੈ ਇਹਨੂੰ ਦੇ ਸੁਝਾਰ ਉਹ ਨਾਈ ਨੂੰ ਦੇਣਾ ਜਿਹਨੇ ਤੈਨੂੰ ਐਟਮ ਬਣਾਇਆ ਹਾਏ 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 ਕੁਹਾਲ ਹੈ ਕਸਮੇ ਅੱਲਾ ਜਾਂਦਾ ਪੁਰਾਣੇ ਵਕਤਾਂ ਖੋਤੇ ਇੰਜ ਮੁੰਨੀ ਦੇ ਹੀ ਤੇ ਜਿਵੇਂ ਹੁਣ ਮੁੰਡੇ ਮੁੰਨੀ ਜਾਂਦੇ ਤੇ ਫਿਰ ਮਿਲਦੇ ਕੈਂਟ ਜੀ ਕਰੀ ਨਕੀਲੇ ਫਿਰ ਅੱਜ ਕਟਿੰਗ ਆਪਣੀ ਵੀ ਕਿਉਂਕਿ ਕੱਲ੍ਹ ਅਬੀ ਦਾ ਬਰਥਡੇ ਕਹਿੰਦੇ ਅਬੀ ਪਾਰਟੀ ਕਰਨ ਲੱਗਾ ਠੀਕ ਹੈ ਜਾਣ ਅੱਛਾ ਬਰੋ ਵਾਲ ਇੱਦਾਂ ਦੇ ਕਰਨੇ ਆ ਕਿ ਇੱਕ ਸਾਈਡ ਨੂੰ ਵੀ ਹੋ ਜਾਣ ਠੀਕ ਹੈ ਖੜੇ ਵੀ ਹੋ ਜਾਣ ਥੋੜੇ ਮਤਲਬ ਫੰਕੀ ਜਿਹਾ ਸਟਾਈਲ ਹੋ ਜਾਵੇ ਵਾਲ ਤੇਰੇ ਕੱਟਣਾ ਗਿਆ ਸੀ ਨਾ ਜਾਣੇ ਕਿਆ ਸੀ ਯਾ ਆਹ 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 ਨੱਚਿਆ ਵਾ ਠੀਕ ਹੈ ਬੀਅਰਡ ਦਾ ਪਤਾ ਨਾ ਬੀਅਰਡ ਵੀ ਉਸ ਤਰ੍ਹਾਂ ਦਾ ਮਹਿੰਗੇ ਸੂਨ ਤੋਂ ਤੁਸੀਂ ਆਏ ਲੇਟ ਹੈ